ਸ਼ਰਮ ਕਰੋ ਬੋਲੇ ਵੀ ਡਾਕਟਰ ਸ਼ਰਮ ਕਰੋ ਤੁਹਾਨੂੰ ਗੋਟਾ ਪੰਨਾ ਨੇ ਮੰਤਰੀ ਸਾਹਿਬ ਤੁਹਾਡੇ ਨਾਲ ਭਰੋਸਾ ਨਾ ਕਰਦੇ ਤੁਸੀਂ ਪਿੰਡ ਚ ਆ ਕੇ ਪੜਦੇ ਜਾ ਆਪਣੇ ਬਾਪ ਦਿਓ ਨਹੀਂ ਇੱਥੇ ਜਾ ਕੇ ਸਾਡਾ ਹੱਲ ਕਰੋ ਨਹੀਂ ਸਾਡਾ ਹੱਲ ਕਰੋ ਲੋਕ ਸਮਰਥਨ ਦੇ ਮਾੜਾ ਮੋਟਾ ਸ਼ਰਮ ਕਰੋ ਫੁੱਟ ਕਹਿ ਦਿਨ ਵੀ ਬਣਾਵਾਂਗੇ ਅਸੀਂ ਇੱਥੇ ਖੜਦੇ ਸੀ ਬਣਾਏ ਮਾੜਾ ਮੋਟਾ ਸ਼ਰਮ ਕਰੋ ਬੋਲੇ ਵੀ ਡਾਕਟਰ ਸ਼ਰਮ ਕਰੋ ਤੁਹਾਨੂੰ ਵੋਟਾਂ ਪੈਣਾ ਨੇ ਲੋਕਾਂ ਤੋਂ ਮੰਗ ਮੰਗ ਪੈਣਾ ਨੇ ਔਰ ਮੈਂ ਠੱਗ ਵਰ ਕੇ ਤੁਹਾਨੂੰ ਮੂਹਰੇ ਕਰਤੇ ਚੋਰ ਇੱਕ ਕਮੇਟੀ ਬਣਾਤੀ ਪਿੰਡ ਦੇ ਵਿੱਚ ਆਪਣੀ ਬਾਹਰਲੇ ਮੁੰਡਿਆਂ ਦੀ ਉਹਨਾਂ ਨੂੰ ਕਿਉਂ ਪੈਸੇ ਦਿੰਦਾ ਬੜਾ ਬੜਾ ਸੋਚੋ ਉਹ ਸਹਾਰ ਕਰਨੀ ਕਿਉਂ ਪਿੰਡਦਾ ਮੈਂ ਵਾਅਦਾ ਕਰਦਾ ਮੈਨੂੰ 10 ਫੁੱਟ 15 ਫੁੱਟ ਜਗ੍ਹਾ ਦਿਓ ਮੈਂ ਕਦੇ ਇੱਥੇ ਲਾਊਂਗਾ ਇਹਦੇ ਵਿੱਚ ਮੈਂ ਸਾਰਾ ਕੰਮ ਮੈਨੇ ਕੀਤਾ ਕਰਾ ਰਿਹਾ ਹੁਣ ਮੇਰੇ ਨਾਲ ਮੁੰਡਾ ਜੁੜਾ ਸਾਰੇ ਪਿੰਡ ਦੇ ਵੀ ਇਹ ਚੋਰਾਂ ਨੂੰ ਪੈਸੇ ਨਾ ਪਾਓ ਸੀ ਕਮੇਟੀਆਂ ਨੂੰ ਅਮਰੀਕ ਸਿੰਘ ਨੇ 35 ਕਿੱਦਾਂ ਦੱਬਾ ਹੋਇਆ ਨਾ 35 ਹਰਮਿੰਦਰ ਸਿੰਘ ਕਿਉਂ ਮੰਗ ਲਾ ਦੇਦਾ ਫਿਰ ਤੈਨੂੰ ਉਹ ਧਿਆਨ ਮੇਰੇ ਪਿੱਛੇ ਮੈਂ ਤੁਹਾਡਾ ਕਨੈਕਟ ਪਾਊਂਗਾ ਜਗ੍ਹਾ ਟਹੂੰਗਾ ਜੀ ਮੈਂ ਜਗ੍ਹਾ ਟਾਂ ਕੋਈ ਛੱਡਦਾ ਨਹੀਂ ਹੈਗਾ ਜੀ ਮੈਂ ਪਰਵਾਹ ਨਾ ਕਰੇ ਮੈਂ ਟਹੂੰਗਾ ਮੇਵਾ ਵੀ ਜ਼ੋਰ ਲਾ ਲੇ ਅਰਜੀ ਦਈਆ ਮੈਂ ਬੰਨੇ ਦੱਸੋ ਚੋਰ ਨੇ ਅਜਾ ਲੋਕਾਂ ਨੂੰ ਬਚਾਉਂਦੇ ਰਹਿੰਦੇ ਕੀ ਹੱਲ ਕਰਦੇ ਨੇ ਆਹ ਦੇਖੋ ਸਾਡਾ ਬੇੜਾ ਕਰ ਕਰਤਾ ਰੇ ਆਹ ਮਿੱਟੀ ਪਾ ਕੇ ਬਣਾਈਆ ਦੇਖ ਆਹ ਦੇ ਮਿੱਟਾ ਲਾਵਾਂਗੇ ਸਾਰੇ ਮੁੰਡੇ ਢਾਲ ਕੇ ਸਾਰੇ ਅਸੀਂ ਇਕੱਠੇ ਹੋ ਗਏ ਸਾਡਾ ਸਹਿਯੋਗ ਦੋ ਵੱਧ ਵੱਧ ਪੈਸਾ ਦੋ ਇਹਦੇ ਪਿੱਟਾ ਚ ਲਾਵਾਂਗੇ ਇੱਟਾਂ ਮੰਤਰੀ ਸਾਹਿਬ ਤੁਹਾਡੇ ਨਾਲ ਭਰੋਸਾ ਨਾ ਕਰਦੇ ਤੁਸੀਂ ਪਿੰਡ ਚ ਲਾ ਕੇ ਪੜਦੇ ਜਾ ਆਪਣੇ ਬਾਪ ਦਿਓ ਨਹੀਂ ਇੱਥੇ ਜਾ ਕੇ ਸਾਡਾ ਹੱਲ ਕਰੋ ਨਹੀਂ ਸਾਡਾ ਹੱਲ ਕਰੋ ਨਹੀਂ ਇੱਥੇ ਆ ਕੇ ਪਿੰਡ ਜਿਹੜਾ ਪੜਦਾ ਮਾਰਾ ਕਢਾਊਗਾ ਉਰੇ ਆਪਣਾ ਵਾ ਸੋਚ ਸਮਝ ਕੇ ਬੜਾ ਕੋਈ ਮੰਤਰੀ ਆ ਕੋਈ MLA ਆ ਜਾਂ ਤਾਂ ਤੁਸੀਂ ਇੱਥੇ ਖੜਦੇ ਤਾਂ ਕਿਤੇ ਲੰਘਦੇ ਸੀ 10 ਲੱਖ ਅੱਛਾ ਦੇਖੋ ਮਾੜਾ ਮੋਟਾ ਕੱਟੂ ਤੁਹਾਡੀ ਮਾੜੀ ਮੋਟੀ ਸ਼ਰਮ ਕਰੋ ਸ਼ਰਮ ਇਹਨਾਂ ਚੋਰਾਂ ਨੂੰ ਤੁਸੀਂ ਮੂਹਰੇ ਕਰ ਰਹੇ ਹੋ ਜਿਹੜਾ ਨੇ ਫਰੋਡ ਨੇ ਥਪਈ ਹੋਣੇ ਜਗ੍ਹਾ ਨੇ ਉਹ ਇਹੋ ਜਿਹੇ ਬੰਦਾ ਤੁਸੀਂ ਬਣਾਓਗੇ ਮੰਤਰੀ ਸਾਹਿਬ ਆਉਂਦੇ ਜਾਓਗੇ ਪਿੰਡ ਦਾ ਬੇੜਾ ਕਰ ਕਹੂ ਬੇੜਾ ਕਰ ਕਹੂ ਉਹ ਕੁਲਦੀਪ ਬਾਹਰ ਬੈਠਾ ਤੂੰ ਅਮਰੀਕਾ ਦੇ ਵਿੱਚ ਪਹਿਲਾਂ ਫੇਫੜੇ ਤੋੜ ਕੰਮ ਕਰਦਾ ਤੂੰ ਚੋਰਾਂ ਦੇ ਖਾਤੇ 'ਚ ਪੈਸੇ ਪਵਾ ਰਹੇ ਮਾੜੀ ਮੋਟੀ ਸ਼ਰਮ ਕਰ ਸ਼ਰਮ ਅੱਛਾ ਲੱਗਦਾ ਸੀ ਸਿਵਰੇਜ ਪਾਉਂਦਾ ਅਜਾ ਵਿਕਾਸ ਕਰਦੇ ਮਾੜਾ ਮੋਟਾ ਹੱਲ ਕਰਦੇ ਹੁਣ ਚੈਤ ਕੀ ਕਰੇ 75 ਲੱਖ ਰੁਪਈਆ 75 ਲੱਖ ਰੁਪਈਆ ਮੋਦੀ ਸਾਹਿਬ ਨੇ ਆ ਸਾਡੇ ਪਿੰਡ ਵਿੱਚ ਤੁਹਾਡੇ ਭਗਵੰਤ ਮਾਨ ਸਿੰਘ ਤੁਹਾਨੂੰ ਕੱਲੇ ਕੱਲੇ ਪਿੰਡ ਦੇ ਵਿੱਚ ਜਾ ਕੇ ਸਾਈਕਲ ਦੇ ਫਿਰਕੇ ਵੋਟਾਂ ਪਵਾਉਣਾ ਤੁਹਾਨੂੰ ਵੋਟਾਂ ਉਹ ਇੱਥੇ ਦੇਖੋ ਵੀ ਹਾਲ ਦੇਖੋ ਸਾਡਾ ਕੀ ਆ ਬੀਬੀਆਂ ਭੈਣਾਂ ਸਾਡੀਆਂ ਇੱਧਰ ਹਟਦੇ ਮੜੀ ਗਾ ਬੀਬੀਆਂ ਪਹਿਲਾਂ ਸਾਡੀਆਂ ਦਿਖਦੀਆਂ ਨੇ ਬੁੱਢੀਆਂ ਸਾਡੀਆਂ ਸਕੂਲਾਂ ਦੇ ਵੀ ਜਾਂਦੀਆਂ ਨੇ ਇਹਦਾ ਹਾਲ ਤਾਂ ਦੇਖੋ ਕੀ ਆ ਉਹ ਮਾੜਾ ਮੋਟਾ ਮਰ ਜਾ ਤੁਹਾਡੀ ਬਾਈ ਟੋਟਲ ਇਹਨਾਂ ਇੱਥੇ ਸਾਰਾ ਇੱਟਾਂ ਮਾਰਕ ਜਿਹੜਾ ਆਊਗਾ ਰੇ ਆਉਣ ਨਹੀਂ ਦਿੰਦੇ ਜੋ ਸਾਡਾ ਹੱਲ ਨਹੀਂ ਕਰਦੇ ਨਹੀਂ ਇਹਦਾ ਮਾੜਾ ਮੋਟਾ ਹੱਲ ਕਰ ਦਿਓ ਮੈਂ ਹਰਮਿੰਦਰ ਸਿੰਘ ਜ਼ਿਲ੍ਹਾ ਪਟਿਆਲਾ ਆਪਣਾ ਇਤਿਹਾਸੀ ਪਟਿਆਲਾ 2 ਹਰਮਿੰਦਰ ਸਿੰਘ ਪਟਿਆਲਾ ਦੇ ਸਾਬਕਾ ਪੰਚ ਮੈਂ ਵੱਧ ਵੱਧ ਕੇ ਕੰਮ ਕਰਦਾ ਤੇ ਕਰਾਉਂਦਾ ਪਹਿਲਾਂ ਮੋਟਰਾਂ ਲੈਂਦਾ ਪਵੰਡਾ ਆਪਸ ਦੇ ਵਿੱਚ ਲਾਉਣ ਦੇ ਵਿੱਚ ਆਰਟੀਆਈ ਕਿਸੇ ਪਿੰਡ ਦੇ ਵਿੱਚ ਨਹੀਂ ਪੈਂਦਾ 40 ਸਾਲ ਪੁਰਾਣੀਆਂ ਪੈਂਦਾ ਗੁਰੂ ਘਰ ਨੂੰ 3.5 ਲੱਖ ਰੁਪਈਆ ਦਵਾਇਆ ਵੀ ਇਸ ਸੰਟਾਵਰ ਦਾ ਕੇਸ ਲੜਿਆ ਮੈਂ ਪੰਚਾਇਤ ਦੇ ਤੌਰ ਤੇ ਮੈਂਬਰ ਹੋਣ ਦੇ ਨਾਤੇ ਮੈਂ ਹਜੇ ਕੰਮ ਵਧੀਆ ਕੀਤੇ ਪਟਿਆ ਆਪਣੇ ਡੈਡੀ 2 ਵੱਲ ਦੇ ਉਹ ਤਰ੍ਹਾਂ ਚਲਾਉਂਦਾ ਜਿਹੜੇ ਬੰਦੇ ਫੜ ਦਈਏ ਸਾਰਾ ਪੁੱਤ ਹੱਸਾ ਅੱਧਾ ਕਿੱਲਾ ਬਣਦਾ ਉਹ ਜਦੋਂ ਦਰਖਤ ਵੱਢ ਦਿੰਦੇ ਨੇ ਤੁਹਾਡਾ ਫਰਜ਼ ਨਹੀਂ ਬਣਦਾ ਤਨਖਾਹ ਨਹੀਂ ਦਿੰਦੇ ਤੁਸੀਂ ਮਾੜੀ ਮੋਟੀ ਸਰਮ ਹੋਣੀ ਚਾਹੀਦੀ ਆ ਆ ਕੇ ਦੇਖੋ ਤਾਂ ਵਿਕਾਸ ਹੋਊ
ਆ ਥੋਬੇ ਚ ਮੱਛੀਆ ਛੱਡਣਾ ਵਿਕਾਸ ਨਹੀਂ ਆਉਂਦਾ। ਆ ਕੇ ਦੇਖੋ ਮੈਂ ਕੀ ਹੋ ਰਿਹਾ ਉਰੇ, ਪੜੋਟੀਆਂ ਦੱਬੀਆਂ ਬੈਠੀਆਂ ਚੋਰਾਂ ਦੀਆਂ, ਇਹਨਾਂ ਬਾਰੇ ਸੋਚਣ ਮਾੜਾ ਮੋਟਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।